ਪੰਜਾਬ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਵਧਾਵਾ ਦੇਣ ਲਈ ਕਈ ਵੱਡੇ ਕਦਮ ਚੁੱਕੇ ਜਾ ਰਹੇ ਨੇ। ਇਸ ਸਭ ਦੇ ਚੱਲਦੇ ਕਪੂਰਥਲਾ ਦੀ ਕਾਂਜਲੀ ਵੈਟਲੈਂਡ ਪਿਕਨਿਕ ਸਪੌਟ ਨੂੰ ਨਵੀਂ ਰੂਪਰੇਖਾ ਦੇਣ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ, ਜਿਸ ਤੋਂ ਇਲਾਕਾ ਨਿਵਾਸੀ ਕਾਫੀ ਖੁਸ਼ ਹਨ। ਸੁਭਾਸ਼ ਸ਼ਰਮਾ ਸ਼ਰਮਾ ਜੀ, ਜਿਹੜੀ ਕਿ ਸਰਕਾਰ ਵੱਲੋਂ ਘਰਾਟ ਵੀ ਇੱਥੇ ਜੰਗਲਾਤ ਦੀ ਜਗ੍ਹਾ ਦੇ ਨਾਲ ਤਿਆਰ ਕੀਤੇ ਗਏ, ਅਤੇ ਸੈਰਗਾਹ ਵੀ ਬਣਾਈ ਗਈ ਆ, ਜੰਗਲਾਤ ਦੀ ਜਗ੍ਹਾ ਵੀ ਨਰਸਰੀ ਹੈ, ਇੱਥੇ ਵੀ ਤੁਸੀਂ ਕਿਹੋ ਜਿਹੀ ਮਤਲਬ ਲੁੱਕ ਦੇਖਣਾ ਚਾਹੁੰਦੇ ਹੋ ਕਿ ਜਿਹੜੀ ਸੈਰਗਾਹ ਲਈ ਵੀ ਵਧੀਆ ਹੋਵੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਘਰਾਟ ਤਾਂ ਇੱਥੇ ਪਹਿਲਾਂ ਵੀ ਸੀਗੇ, ਲੇਕਿਨ ਉਹਨਾਂ ਦੀ ਸੰਭਾਲ ਨਹੀਂ ਕੀਤੀ ਗਈ ਅਤੇ ਉਹ ਘਰਾਟ ਆਖਿਰਕਾਰ ਹੌਲੀ ਜਿਹੜਾ ਹੌਲੀ ਹੌਲੀ ਬੰਦ ਹੋ ਗਏ। ਹੁਣ ਗੌਰਮੈਂਟ ਨੇ ਦੁਬਾਰਾ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦੀ ਆਪਣਾ ਉਪਰਾਲੇ ਦੇ ਨਾਲ ਅਤੇ ਨਹਿਰ ਮਹਿਕਮੇ ਦੇ ਐਕਸ਼ਨ ਸਾਹਿਬ ਨੇ ਇਹਦੀ ਮਤਲਬ ਸਾਰੀ ਭੱਜ ਦੌੜ ਕਰਕੇ ਇੱਥੇ ਦੁਬਾਰਾ ਘਰਾਟ 'ਤੇ ਇੱਕ ਸੈਰਗਾਹ ਬਣਾ ਰਹੇ, ਜੋ ਕਿ ਬੜੀ ਵਧੀਆ ਚੀਜ਼ ਹੈ, ਜੋ ਕਿ ਸੈਰ ਕਰਨੀ ਵੀ ਜਿਹੜੀ ਹੈ ਉਹ ਸਿਹਤ ਲਈ ਅੱਜ ਕੱਲ੍ਹ ਦੇ ਜ਼ਮਾਨੇ 'ਚ ਬਹੁਤ ਤੰਦਰੁਸਤੀ ਬਖਸ਼ਣ ਵਾਲੀ ਹੈਗੀ ਹੈ। ਅਤੇ ਇਹ ਜਿਹੜੇ ਇੱਥੇ ਇੱਕ ਥੋੜ੍ਹਾ ਬਾਂਸਾਂ ਵਗੈਰਾ ਦਾ ਇੱਕ ਪਾਰਕ ਜਿਹਾ ਬਣਿਆ ਹੋਇਆ, ਜੇ ਕੋਈ ਫੋਰੈਸਟ ਵਾਲਿਆਂ ਨੇ ਲਾਇਆ ਹੋਇਆ ਵਾ, ਹਾਂਜੀ। ਅਤੇ ਇਹ ਇੱਕ ਪਾਰਕ ਦੇ ਵਿੱਚ ਜੇ ਫੋਰੈਸਟ ਵਾਲੇ ਵੀ ਇਹਦੇ ਵਿੱਚ ਨਾ ਆਪਣੇ ਥੋੜ੍ਹਾ ਪਾਰਕ ਦੇ ਵਿੱਚ ਵੀ ਸਾਫ਼ ਸਫਾਈ ਕਰਕੇ ਅਤੇ ਹੋਰ ਥੋੜ੍ਹੇ ਫੁੱਲਦਾਰ ਵਧੀਆ ਤਰੀਕੇ ਨਾਲ ਬੂਟੇ ਲਾ ਕੇ, ਜਿੱਦਾਂ ਇਹਨਾਂ ਨੇ 550 ਸਾਲਾਂ ਦੇ ਉੱਤੇ ਲਾਇਆ ਪਾਰਕ ਬਣਾਇਆ, ਜੋ ਕਿ ਦੇਖਣ ਨੂੰ ਦੂਰੋਂ ਦੂਰੋਂ ਲੋਕ ਆਉਂਦੇ ਆ, ਅਤੇ ਇਹ ਸ਼ਹਿਰ ਦੀ ਸੁੰਦਰਤਾ ਵਾਸਤੇ ਇਹ ਵੀ ਇੱਕ ਬਹੁਤ ਵਧੀਆ ਚੀਜ਼ ਬਣ ਸਕਦੀ ਆ, ਹਾਂਜੀ। ਅਤੇ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਇੱਥੇ ਇੰਚਾਰਜ ਲੱਗੇ ਆ ਸਰਦਾਰ ਦਵਿੰਦਰਪਾਲ ਸਿੰਘ ਜੀ, ਫੂਲਾ ਸਿੰਘ ਜੀ, ਇਹਨਾਂ ਨੂੰ ਮੈਂ ਕਈ ਵਾਰੀ ਬੇਨਤੀ ਵੀ ਕੀਤੀ ਆ, DFO ਸਾਹਿਬ ਨੂੰ ਵੀ ਬੇਨਤੀ ਕੀਤੀ ਕਿ ਇਸ ਚੀਜ਼ ਦੇ ਉੱਤੇ ਥੋੜ੍ਹਾ ਖਿਆਲ ਦਿਓ, ਹਾਂਜੀ। ਅਤੇ ਇਹ ਕਹਿੰਦੇ ਕਿ ਅਸੀਂ ਇਸ ਦੀ ਸਕੀਮ ਬਣਾ ਕੇ ਅੱਗੇ ਜਾਵਾਂਗੇ। ਇਹ ਚੀਜ਼ਾਂ ਇਸ ਦੇ ਯੁੱਗ ਦੇ ਵਿੱਚ, ਪ੍ਰਦੂਸ਼ਣ ਦੇ ਯੁੱਗ ਦੇ ਵਿੱਚ ਵਾਤਾਵਰਨ ਨੂੰ ਠੀਕ ਕਰਨ ਲਈ ਬਹੁਤ ਜ਼ਰੂਰੀ ਹੈਗੀ ਹੈ, ਅਤੇ ਇਨਸਾਨਾਂ ਦੀ ਸਿਹਤ ਵਾਸਤੇ ਵੀ। ਕਰਨ ਆਦੀ ਆ ਜੀ, ਕਰਨ ਜੀ, ਜਿਹੜਾ ਕਪੂਰਥਲੇ ਦੇ ਪੁਰਾਣੇ ਸ਼ਹਿਰ ਨੂੰ ਜਿਹੜਾ ਨਵੀਨੀਕਰਨ ਕੀਤਾ ਜਾਣਾ, ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਪਹਿਲਾਂ ਤਾਂ ਭਾਅ ਜੀ ਰਾਣਾ ਗੁਰਜੀਤ ਸਿੰਘ ਦਾ ਹੱਥ ਜੋੜ ਕੇ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਕਿ ਪੁਰਾਣੀ ਇੱਕ ਪਿਕਨਿਕ ਸਪੋਟ ਕਾਂਜਲੀ ਨੂੰ ਦੁਬਾਰਾ ਰੈਵਨੇਟ ਕਰਕੇ ਵਧੀਆ ਤਰੀਕੇ ਨਾਲ ਇੱਕ ਪਿਕਨਿਕ ਸਪੋਟ ਬਣਾਇਆ ਅਤੇ ਇੱਕ ਸੈਰਗਾਹ ਬਣਾਈ, ਉਹਦੇ ਨਾਲ ਨਾਲ ਜਿਹੜੀ ਪੁਰਾਣੀਆਂ ਘਰਾਟਾਂ ਜਿਹੜੀਆਂ ਦੁਬਾਰਾ ਚਾਲੂ ਕੀਤੀਆਂ ਮੋਡੀਫਾਈ ਕਰਕੇ, ਉਹਦੇ ਲਈ ਤਾਂ ਮੈਂ ਰਾਣਾ ਗੁਰਜੀਤ ਸਿੰਘ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸ਼ਹਿਰ ਨੂੰ ਇੰਨੀ ਵਧੀਆ ਪਿਕਨਿਕ ਸਪੋਟ, ਆਪਣੀ ਪੁਰਾਣੀ ਇਤਿਹਾਸਿਕ ਸਾਂਭੀ ਹੋਈ ਧਰੋਹਰ ਨੂੰ ਦੁਬਾਰਾ ਫੇਰ ਦੁਬਾਰਾ ਸਾਂਭਿਆ ਵਾ। ਸਰ, ਜੇ ਗੱਲ ਕੀਤੀ ਜਾਵੇ ਜਿਹੜੀ ਜੰਗਲਾਤ ਮਹਿਕਮੇ ਦੀ ਨਰਸਰੀ ਹੈ, ਉਹਨੂੰ ਤੁਸੀਂ ਕਿੱਦਾਂ ਮਤਲਬ ਜੰਗਲਾਤ ਮਹਿਕਮੇ ਨਾਲ ਲਾ ਦਿੱਤੀ? ਭਾਅ ਜੀ, ਜੰਗਲਾਤ ਮਹਿਕਮੇ ਨਾਲ ਜਿਹੜੀ ਨਰਸਰੀ ਆ, ਮੈਂ ਤਾਂ ਜੰਗਲਾਤ ਮਹਿਕਮੇ ਨੂੰ ਇਹੀ ਅਰਜ਼ ਕਰੂੰਗਾ ਕਿ ਜਿਹੜੀ ਉਹ ਨਰਸਰੀ ਆ ਉਹਨੂੰ ਵੀ ਥੋੜ੍ਹਾ ਵਧੀਆ ਤਰੀਕੇ ਨਾਲ ਫੁੱਲ ਬੂਟੇ ਲਾ ਕੇ ਵਧੀਆ ਤਰੀਕੇ ਨਾਲ, ਕਿਉਂਕਿ ਬਾਹਰੋਂ ਆਏ ਵੀ ਲੋਕ ਉਹ ਦੇਖਣ ਕਿ ਹਾਂ ਵੀ ਜੰਗਲਾਤ ਮਹਿਕਮੇ ਦੀ ਜਗ੍ਹਾ ਵੀ ਉਹ ਵੀ ਥੋੜ੍ਹੀ ਕਵਰ ਕਰਕੇ ਉਹਨੂੰ ਵਧੀਆ ਤਰੀਕੇ ਨਾਲ ਪਿਕਨਿਕ ਸਪੋਟ ਬਣਾਇਆ ਵਾ, ਕਿਉਂਕਿ ਉੱਥੋਂ 3-4 ਕਿਲੋਮੀਟਰ ਦਾ ਫਾਸਲਾ ਵਾ ਸਿੱਧਾ ਪੈਦਲ ਦਾ ਹੀ, ਕਾਂਜਲੀ ਤੋਂ ਲੈ ਕੇ ਜੰਗਲਾਤ ਮਹਿਕਮੇ ਜ਼ਮੀਨ ਦਾ ਘਰਾਟਾ ਦੇਖਣ ਦਾ, ਜਿਹੜਾ ਇੰਨੀ ਦੂਰ ਆਉਂਦਾ ਵਾ ਦੇਖਣ, ਥੋੜ੍ਹਾ ਬਹੁਤਾ ਉੱਥੇ ਵੀ ਟਹਿਲੇ ਘੁੰਮੇ ਥੋੜ੍ਹਾ ਫਿਰੇ, ਹਾਂ ਵੀ ਥੋੜ੍ਹਾ ਫਿਰ ਦੁਬਾਰਾ ਵਾਪਸ ਜਾਵੇ ਵਧੀਆ ਤਰੀਕੇ ਨਾਲ ਦੇਖੇ ਜੀ। ਇਤਿਹਾਸਿਕ ਘਰਾਟਾ ਨਾਲ ਕਿਸ ਤਰ੍ਹਾਂ ਵਿਰਸਾ ਆਪਣਾ ਜੁੜੂਗਾ, ਕਿਸ ਤਰ੍ਹਾਂ ਆਪਣੀ ਆਉਣ ਵਾਲੀ ਪੀੜ੍ਹੀ ਜੁੜੂਗੀ, ਕੀ ਸੋਚ ਦੇਖਦੇ ਹੋ ਉਸਨੂੰ? ਭਾਅ ਜੀ, ਮੈਂ ਤਾਂ ਉਸਨੂੰ ਇਹ ਸੋਚ ਦੇ ਰਿਹਾ, ਦੇਖੋ ਆਪਣੀ ਜਿਹੜੀਆਂ ਪੁਰਾਣੀਆਂ ਧਰੋਹਰ ਆ, ਇੱਕ ਕਾਂਜਲੀ ਪਿਕਨਿਕ ਸਪੋਟ ਹੋ ਗਈ, ਇੱਕ ਆ ਪੁਰਾਣੀਆਂ ਘਰਾਟਾਂ ਹੋ ਗਈਆਂ, ਦੂਜੀ ਆਪਣੀ ਇਹ ਪੁਰਾਣੀ ਕਚਹਿਰੀ ਦੁਬਾਰਾ ਰੈਵੀਨੇਟ ਹੋ ਰਹੀ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਪਤਾ ਲੱਗੇ ਕਿ ਹਾਂ ਵੀ ਸਾਡੇ ਕਪੂਰਥਲਾ ਇਤਿਹਾਸਿਕ ਸੀਗਾ, ਇਹਦੇ ਵਿੱਚ ਕੋਈ ਵਧੀਆ ਚੀਜ਼ ਸੀਗੀ, ਦੁਬਾਰਾ ਫਿਰ ਉੱਠ ਰਹੀ ਆ। ਪੰਜਾਬ 9 ਲਈ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ ਆ।